ਆਦਿ ਆਇ ਵਾਲਮੀ ਕੈ ਨਮੋ ਨਮਹ ਫਲ ਅਕਸ਼ਰ ਹੜਤਾਲੀ ਸਕਾ ਹੁਆ ਸਪੂਰਣ ਜਾਪ ਨਿਤ ਨੇਮੀ ਜੋ ਬਣ ਜਾਏ ਦੁਗਣਾ ਹੋ ਪਰਤਾਪ ਸਭਿ ਮਨੋਰਥ ਸਿਧ ਹੋ ਸਤ ਮਾਰਗ ਪੇ ਜਾਏ ਸਤ ਗਿਆਨੀ ਉਸ ਰਾਹੀ ਕੇ ਚਰਨਨ ਸੀਸ ਝੁਕਾਏ ਸਤ ਗਿਆਨੀ ਉਸ ਰਾਹੀ ਕੇ चरणन शीश झुकाए जो बोलै सुंदर पै भगवान वाल्मीकि महाराज की जय श्री श्री एकस आठ सतगुरु ज्ञाननाथ महाराज की जय ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਪਿਆਰਿਓ ਧਰਮ ਪ੍ਰੇਮੀਓ ਜੋ ਸੰਗਤਾਂ ਦੇ ਸਨਮੁਖ ਇਸ ਬਾਣੀ ਦਾ ਹਰ ਰੋਜ਼ ਹੀ ਗੁਰੂ ਪਿਆਰਿਓ ਭਾਗ ਸੰਗਤਾਂ ਦੇ ਸਨਮੁਖ ਦਾਸ ਜੀ ਨੇ ਕੀਤਾ ਹੈ ਆਪ ਜੀ ਨੇ ਬਹੁਤ ਇਸ ਬਾਣੀ ਨੂੰ ਸਤਕਾਰ ਇਸ ਦਾਸ ਨੂੰ ਸਤਕਾਰ ਕੀਤਾ ਹੈ ਤੇ ਗੁਰੂ ਪਿਆਰਿਓ ਇਹਦਾ ਜੋ ਫਲ ਹੈ ਜੋ ਨਿਤ ਨਿ ਬਾਣੀ ਦਾ ਇਥੇ ਤੋਂ ਕਰ ਗੁਰੂ ਪਿਆਰਿਓ ਭਾਗ ਸਪੂਰਨ ਹੁੰਦੇ ਹਨ ਇਹਦਾ ਫਲ ਕੀ ਹੈ ਬਾਣੀ ਪੜਨ ਤੇ ਵਿਚਾਰਨ ਦਾ ਅਕਸ਼ਰ 48 ਸਿਕਾ ਹੂਆ ਸਪੂਰਨ ਜਾਪ ਨਿਤਨੇਮੀ ਜੋ ਬਣ ਜਏ ਦੁਗਣਾ ਹੋ ਪ੍ਰਤਾਪ ਗੁਰੂ ਪਿਆਰਿਓ 48 ਅੱਖਰ ਕਾ ਹਰ ਰੋਜ ਦਿਨ ਰਾਤ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਕੇ ਪਾਠ ਕਰਦਾ ਹੈ ਤੇ ਗੁਰੂ ਪਿਆਰਿਓ ਸੁਜੀਵ ਦਾ ਫਿਰ ਦੁੱਗਣਾ ਪ੍ਰਤਾਪ ਹੋ ਜਾਂਦਾ ਹੈ ਦੁੱਗਣਾ ਪ੍ਰਤਾਪ ਹੋ ਜਾਂਦਾ ਹੈ ਕਹਿਨ ਤੋ ਭਾਵ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਔਰ ਚਿਹਰੇ ਤੇ ਗੁਰੂ ਪਿਆਰਿਓ ਨਾਮ ਵਾਲਾ ਨੂਰ ਚਮਕਦਾ ਹੈ ਸਭੀ ਮਨੋਰਥ ਸਿੱਧ ਹੋ ਸਤ ਮਾਰਗ ਪੇ ਜਾਏ ਤੇ ਗੁਰੂ ਪਿਆਰਿਓ ਸਾਰੇ ਹੀ ਮਨੋਰਥ ਸਾਰੇ ਹੀ ਮਨੋਰਥ ਉਹ ਪਰਮੇਸ਼ਰ ਦੇ ਗੁਰੂ ਪਿਆਰਿਓ ਨਿਮਿਤ ਪੂਰਨ ਹੁੰਦੇ ਹਨ ਜਦੋਂ ਆਪਾਂ ਉਹਨਾਂ ਦਾ ਗੁਰੂ ਪਿਆਰਿਓ ਜਾਪ ਕਰਦੇ ਹਾਂ ਤੇ ਸਾਰੇ ਮਨੋਰਥਾਂ ਵਾਸਤੇ ਗੁਰੂ ਪਿਆਰੇ ਸਾਨੂੰ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਜ਼ਰੂਰੀ ਹੈ ਸਤ ਗਿਆਨੀ ਸਰਾਹੀ ਕੇ ਚਰਨਾਂ ਨੇ ਸੀਸ ਝੁਕਾਏ ਤੇ ਗੁਰੂ ਪਿਆਰਿਓ ਇਹ ਜੋ ਬਾਣੀ ਪ੍ਰਵੋਤਨਾਕਰ ਮਹਾਰਾਜ ਨੇ ਆਪਣੀ ਗੁਰੂ ਪਿਆਰਿਓ ਮਤ ਬੁੱਧ ਦੇ ਬਖਸ਼ਿਸ਼ ਦੇ ਨਾਲ ਉਸ ਪਰਮੇਸ਼ਰ ਭਗਵਾਨ ਵਾਲਮਿਕ ਮਰੇ ਚਰਨਾਂ ਦਾ ਧਿਆਨ ਧਰ ਕੇ ਬਾਣੀ ਗਾਈ ਹੈ ਤਿਆਰ ਕੀਤੀ ਹੈ ਉਹਨਾਂ ਦੇ ਅਸੀਂ ਬਲਹਾਰੇ ਜਾਣੇ ਹਾਂ ਜਿਨ੍ਹਾਂ ਨੇ ਗੁਰੂ ਪਿਆਰਿਓ ਸਾਰਾ ਜੀਵਨ ਹੀ ਪਰਮੇਸ਼ਰ ਦੇ ਚਰਨਾਂ ਵਿੱਚ ਲਾ ਦਿੱਤਾ ਹੈ ਤੇ ਗੁਰੂ ਪਿਆਰਿਓ ਸਾਨੂੰ ਬਾਣੀ ਪ੍ਰਦਾਨ ਕੀਤੀ ਹੈ ਉਹਨਾਂ ਤੋਂ ਬਲਹਾਰੇ ਜਾਣੇ ਹਾਂ ਤੇ ਗੁਰੂ ਜੀ ਫਰਮਾਨ ਕਰਦੇ ਜੋ ਸੱਚੇ ਰਸਤੇ ਤੇ ਚੱਲਦਾ ਹੈ ਸੱਚੇ ਰਸਤੇ ਤੇ ਤੁਰਦਾ ਹੈ ਜਿਸ ਤਰ੍ਹਾਂ ਸਤਗੁਰੂ ਗਿਆਨਾਤਮਰ ਚੱਲੇ ਹਨ ਪਰਵਤਾਂ ਉੱਤਰਾਕਰਮਹਰੇ ਚੱਲੇ ਹਨ ਹੋਰ ਵੀ ਸੰਤਮਹਾਂਪੁਰਸ਼ ਉਸ ਪਰਮੇਸ਼ਰ ਦੇ ਸੱਚੇ ਰਸਤੇ ਤੇ ਸੱਚ ਦੇ ਰਸਤੇ ਤੇ ਚੱਲ ਕੇ ਪਹਿਰਾ ਦਿੱਤਾ ਹੈ ਤੇ ਗੁਰੂ ਜੀ ਫਰਮਾਨ ਕਰਦੇ ਹਨ ਸਤ ਗਿਆਨੀ ਸਰਾਹੇ ਕੇ ਚਰਨਨ ਸੀਸ ਝੁਕਾਏ ਜੋ ਗਿਆਨੀ ਹੈ ਸੱਚੇ ਮਾਰਗ ਦੀ ਪ੍ਰੇਰਣਾ ਦਿੰਦਾ ਹੈ ਕਹਿੰਦਾ ਗੁਰੂ ਜੀ ਫਰਮਾਨ ਕਰਦੇ ਮੈਂ ਉਹਨਾਂ ਦੇ ਚਰਨਾਂ ਦੇ ਚਰਨਾਂ ਤੇ ਮੈਂ ਆਪਣਾ ਸੀਸ ਝੁਕਾਉਣਾ ਹਾਂ ਜੋ ਭਗਵਾਨ ਵਾਲਮੀਕ ਮਹਰ ਦਾ ਪੁਜਾਰੀ ਹੈ ਜੋ ਉਹਨਾਂ ਦੇ ਨਾਮ ਨੂੰ ਸਿਮਰਦਾ ਹੈ ਉਹਦੀ ਸੱਚੀ ਬਾਣੀ ਸੰਗਤਾਂ ਨੂੰ ਪ੍ਰਦਾਨ ਕਰਦਾ ਹੈ ਉਹਨਾਂ ਦੇ ਅਰਥ ਕਰਕੇ ਸੰਗਤਾਂ ਨੂੰ ਪਰਮੇਸ਼ਰ ਨਿਮਿਤ ਜੋੜਦਾ ਹੈ ਬ੍ਰਹਮ ਦਾ ਗਿਆਨ ਬਖਸ਼ਿਸ਼ ਕਰਦਾ ਹੈ ਤੇ ਗੁਰੂ ਜੀ ਫਰਮਾਨ ਕਰਦੇ ਹਨ ਤੇ ਮੈਂ ਉਹਨਾਂ ਦੇ ਚਰਨਾਂ 'ਚ ਧਿਆਨ ਤਰਦਾ ਹਾਂ ਮੇਰਾ ਨਮਨ ਹੈ ਨਮਸਕਾਰ ਹੈ ਚਰਨਾਂ ਤੇ ਮੈਂ ਸਿਰ ਝੁਕੋਣਾ ਹੈ ਬਾਰ-ਬਾਰ ਬਾਰ-ਬਾਰ ਮੇਰੀ ਨਮਸਕਾਰ ਹੈ ਤੇ ਗੁਰੂ ਪਿਆਰੇਓ ਪੁਰਬਤਨਾਕਰ ਮਹਾਰਾਜ ਜੀ ਇਹਨੇ ਵੱਡੇ ਗਿਆਨੀ ਗੁਣੀ ਗਿਆਨੀ ਸਨ ਬ੍ਰਹਮ ਗਿਆਨੀ ਸਨ ਜਿਨੇ ਸਾਨੂੰ ਬਾਣੀ ਪ੍ਰਦਾਨ ਕੀਤੀ ਹੈ ਅਸੀਂਾਂ ਤੋਂ ਬਲਹਾਰ ਬਲਹਾਰ ਜਾਣੇ ਹਾਂ ਕੋਟ-ਕੋਟ ਉਹਨਾਂ ਦੇ ਵੀ ਸਾਡੀ ਨਮਸਕਾਰ ਹੈ ਚਰਨ ਬੰਦਨਾ ਹੈ ਤੇ ਗੁਰੂ ਪਿਆਰਿਓ ਇਹ ਸਿ ਆਇਆ ਇਹ ਬਾਣੀ ਦਾ ਤੀਸਰਾ ਭਾਗ ਤੀਸਰਾ ਪਾਠ ਜੋ ਸਾਰੇ ਗੁਰੂ ਪਿਆਰੇ ਭਾਗ ਸਪੂਰਨ ਹੋ ਚੁੱਕੇ ਹਨ ਤੇ ਦਾਸ ਨੂੰ ਬੇਨਤੀ ਹੈ ਜੇ ਸੰਗਤਾਂ ਨੂੰ ਇਹ ਦਾਸ ਦੀ ਜੋ ਆਵਾਜ਼ ਵਧੀਆ ਲੱਗੀ ਕਿਉਂ ਬਾਣੀ ਤਾਂ ਵਧੀਆ ਆਨੰਦ ਦੇਣ ਵਾਲੀ ਹੈ ਆਵਾਜ਼ ਵਧੀਆ ਲੱਗੀ ਹੋਵੇ ਤੇ ਪ੍ਰਵਚਨ ਵਧੀਆ ਲੱਗੇ ਹੋਣ ਇਸ ਬਾਣੀ ਨੂੰ ਸ਼ੇਅਰ ਲੈ ਕੇ ਜ਼ਰੂਰ ਕਰਿਓ ਤੇ ਦਾਸ ਨੂੰ ਕਮੈਂਟਾਂ 'ਚ ਵੀ ਯਾਦ ਕਰਿਓ ਤਾਂ ਕਿ ਅੱਗੇ ਦਾਸ ਪ੍ਰੇਰਣਾ ਦੇ ਨਾਲ ਹੋਰ ਬਾਣੀ ਤਿਆਰ ਕਰਕੇ ਬਾਣੀ ਦੇ ਭਾਗ ਬਾਣੀ ਦੀ ਕਥਾ ਤਿਆਰ ਕਰਕੇ ਸੰਗਤਾਂ ਤੱਕ ਰ ਪਹੁੰਚਾ ਸਕੇ ਤੇ ਦਾਸ ਪਹਿਲਾਂ ਵੀ ਬਾਣੀ 'ਚ ਫਰਮਾਨ ਕਰਦਾ ਹੈ ਕਿ ਦਾਸ ਕੋਲੋਂ ਅਖਰ ਵਾਅਦਾ ਘਾਟਾ ਹੋ ਗਿਆ ਸੰਗਤ ਬਖਸ਼ਣ ਯੋਗ ਹੈ ਕਿਉਂਕਿ ਸੰਗਤ ਪਰਮੇਸ਼ਰ ਦਾ ਰੂਪ ਹੋਇਆ ਕਰਦੀ ਹੈ ਤੇ ਗੁਰੂ ਪਿਆਰੇ ਸੰਗਤ ਪਰਮੇਸ਼ਰ ਦਾ ਰੂਪ ਹੈ ਤੇ ਪਰਮੇਸ਼ਰ ਹੀ ਗੁਰੂ ਪੀ ਸਾਧ ਸੰਗਤ ਹੈ ਸੰਗਤ ਹੀ ਪਰਮੇਸ਼ਰ ਹੈ ਕਿਉਂ ਹਰ ਇੱਕ ਥਾਂ ਪਰਮੇਸ਼ਰ ਦਰਨਕਾਰ ਦਾ ਵਾਸਾ ਹੈ ਕਣਕਣ ਵਿੱਚ ਉਹ ਮੌਜੂਦ ਹੈ ਪਰ ਦੇਖਣ ਵਾਲੀ ਸਾਨੂੰ ਤੀਸਰੀ ਅੱਖ ਚਾਹੀਦੀ ਹੈ ਉਹ ਤੀਸਰੀ ਅੱਖ ਗੁਰੂ ਪਿਆਰੇਓ ਸਾਨੂੰ ਬਾਣੀ ਚੋਂ ਪ੍ਰਦਾਨ ਹੋਵੇਗੀ ਸਾਨੂੰ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਚੋਂ ਸਾਨੂੰ ਸਾਧ ਸੰਗਤ ਦੇ ਵਿੱਚੋਂ ਪ੍ਰਦਾਨ ਹੋਵੇਗੀ ਤੇ ਦਾਸ ਨੂੰ ਬੇਨਤੀ ਹੈ ਸਾਧ ਸੰਗਤ ਸੁਣਿਆ ਕਰੋ ਗੁਰਬਾਣੀ ਦੇ ਵਿਚਾਰ ਨੂੰ ਸੁਣਿਆ ਕਰੋ ਆਪਣੇ ਬੱਚਿਆਂ ਨੂੰ ਵੱਧ ਵੱਧ ਉੱਚ ਕੋਟੀ ਦੀ ਵਿੱਦਿਆ ਹਾਸਲ ਕਰਵਾਓ ਵਿੱਦਿਆ ਹਾਸਲ ਕਰਵਾਓ ਤਾਂ ਕਿ ਸਾਡਾ ਜੀਵਨ ਸੁਖਾਲਾ ਹੋ ਸਕੇ ਅਸੀਂ ਵੀ ਉੱਚ ਡਿਗਰੀਆਂ ਹਾਸਲ ਕਰਕੇ ਆਪਣੇ ਕਮਾਂਕਾਰਾਂ ਨੂੰ ਚੰਗੇ ਬਣਾ ਸਕੀਏ ਆਪਣੀ ਸਿਹਤ ਨੂੰ ਆਪਣੇ ਘਰਬਾਰ ਨੂੰ ਆਪਣੇ ਪਰਿਵਾਰ ਨੂੰ ਚੰਗੇ ਬਣਾ ਸਕੀਏ ਇਹ ਤਾਂ ਹੀ ਬਣਦਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਚਰਨਾਂ ਦੇ ਨੱਜੁੜ ਗਏ ਉਹਨਾਂ ਦੀ ਬਾਣੀ ਨੂੰ ਸਵਿਕਾਰ ਕਰ ਲਿਆ ਤੇ ਗੁਰੂ ਪਿਆਰਿਓ ਫਿਰ ਆਨੰਦ ਹੀ ਆਨੰਦ ਹੋਣਗੇ ਫਿਰ ਮੰਗਲ ਹੋਏ ਪ੍ਰੇਮਿਓ ਸਭ ਖੁਸ਼ੀਆਂ ਆਪ ਖੜਾਈਆਂ ਕਾਰਜ ਪੂਰਾ ਖੁਦ ਕੀਤਾ ਸਭ ਜਨ ਪੈ ਵਿਦਾਈਆਂ ਤੇ ਆਪ ਹੀ ਪਰਮੇਸ਼ਰ ਕਾਰਜ ਕਰਨ ਵਾਲੇ ਹਨ ਤੇ ਗੁਰੂ ਪਿਆਰਿਓ ਦਾਸਨੋ ਫਿਰ ਬੇਨਤੀ ਹੈ ਦਾਸ ਨੂੰ ਅਖਰਵਾਦਾ ਘਟਾ ਸੰਗਤ ਬਖਸ਼ਣ ਯੋਗ ਹੈ ਭਗਵਾਨ ਵਾਲਮੀਕ ਮਹਾਰਾਜ ਸਾਹਿਬ ਸਤਿਗੁਰ ਗਿਆਨਾਤਮਾ ਰਹੀ ਪ੍ਰਭੂਤ ਨਾਕਰ ਮਹਾਰਾਜ ਜੀ ਹਰ ਇੱਕ ਜੀਵਾਂ ਤੇ ਕਿਰਪਾ ਕਾ ਨੰਗ ਸੰਗ ਸਹਾਈ ਹੋਣ ਦੁੱਖਾਂ ਕਨੇਸ਼ਾਂ ਦਾ ਨਾਸ ਕਰਨ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਰ ਸਤਿਗੁਰੂ ਗਿਆਨਾਤਮਹਾਰੇ ਕੀ ਜੈ ਜੈ ਬੀਨ ਜੈ ਭਾਰਤ